ਬਹੁਤ ਵਧੀਆ ਹੁਨਰ ਹੈ, ਤੁਸੀਂ ਖੁਦ ਦੇਖ ਰਹੇ ਹੋ। ਲੋਕ ਬੜੇ ਉਤਸ਼ਾਹਿਤ ਨੇ, ਕਾਂਗਰਸ ਤੋਂ ਦੁਖੀ ਨੇ ਤੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਨੇ ਤੇ ਸਾਰੀ ਜਿਹੜੀ ਸੰਗਤ ਹੈ ਉਹ ਸਾਰੇ ਵਰਗ ਸਾਰੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਕੇਂਦਰ ਚਾਹੁੰਦੇ ਆ ਸਾਡੇ ਨਾਲ ਜੁੜਦੇ। ਦੇਖੋ ਅਸੀਂ ਤਾਂ ਸਾਰੇ ਹੀ ਮੁੱਦੇ ਇਲਾਕੇ ਦਾ ਵਿਕਾਸ ਹੋ ਗਿਆ, ਇਲਾਕੇ ਦੇ ਚੰਗੇ ਪ੍ਰੋਜੈਕਟ ਹੋ ਗਏ, ਲੋਕਾਂ ਦੀਆਂ ਬੁਨਿਆਦੀ ਲੋੜਾਂ ਨੇ ਉਹਦੇ ਵਾਸਤੇ ਉਹ ਸਾਰੇ ਹੀ ਮੁੱਦੇ ਅਸੀਂ ਲੈ ਕੇ ਜਾਂਦੇ। ਸਾਡੇ ਹੰਡਾਏ ਪਿੰਡ ਵਿੱਚ ਸਰਦਾਰ ਪਰਮਿੰਦਰ ਸਿੰਘ ਜੀ ਢੀਡਸਾ ਪਹੁੰਚੇ ਸੀ, ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ, ਹਰ ਹੀਲੇ ਜਿਤਾਵਾਂਗੇ। ਇਹ ਪਹਿਲੀ ਵਾਰ ਆ ਵੀ ਨਗਰ ਜਿਹੜਾ ਪੰਚਾਇਤ ਹੰਡਾਇਆ ਦੇ ਬਾਜ਼ਾਰ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਕਿਸੇ ਕੈਂਡੀਡੇਟ ਨੂੰ ਐਡਾ ਵੱਡਾ ਹੁੰਗਾਰਾ ਮਿਲਿਆ ਹੋਵੇ। ਤਕਰੀਬਨ ਜਦੋਂ ਬਾਜ਼ਾਰ ਤੋਂ ਅਸੀਂ ਸਟਾਰਟਿੰਗ ਕੀਤੀ ਤਾਂ ਹਰ ਇੱਕ ਘਰ ਦੇ ਵਿੱਚ 2 ਜਾਂ 4 ਮੈਂਬਰਾਂ ਨੇ ਅੱਗੇ ਆ ਕੇ ਜਿਹੜੀ ਫੁੱਲਾਂ ਦੀ ਵਰਖਾ ਪਰਮਿੰਦਰ ਜੀ 'ਤੇ ਕੀਤੀ ਹੈ, ਕਿਸੇ ਨੂੰ ਅਸੀਂ ਕਿਹਾ ਨਹੀਂ, ਸਾਰਿਆਂ ਨੇ ਆਪਣੇ ਦਿਲ ਦੀ ਖੁਸ਼ੀ ਨਾਲ ਇਹ ਕੰਮ ਕੀਤਾ ਅਤੇ ਸਾਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਦਾ ਅੱਜ ਜਨਤਾ ਦਾ ਹੁੰਗਾਰਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਬਹੁਤ ਵੱਡੀ ਲੀਡ ਦੇ ਨਾਲ ਬਰਨਾਲੇ ਹੰਡਾਏ ਤੋਂ ਅਸੀਂ ਜਿੱਤ ਪ੍ਰਾਪਤ ਕਰਾਂਗੇ।